ਜ਼ਿਆਦਾਤਰ ਫਾਰਮ ਹਾਂ ਟਰੱਕ ਜ਼ਿਆਦਾ ਟਰੱਕ ਤਾਂ ਆਪਣੇ ਕੋਲ ਇਹੀ ਹੁੰਦੇ ਆ ਫਾਰਮ ਟਰੱਕ 60,000 ਅਰਜਨ, ਪਰ ਆਪਣੇ ਕੋਲ ਹੁਣ ਜਿਵੇਂ ਕਹਿ ਦਈਏ ਫਾਰਮ ਟਰੈਕਟਰ ਤਿਆਰ ਹੋਣ ਵਾਲੇ 6 ਟਰੈਕਟਰ ਖੜੇ ਆ ਘਰੇ, ਬਸ ਸੁੱਕ ਚਾਹੀਦੀ ਮਹਾਰਾਜ ਦੀ ਕਿਰਪਾ ਵੀ ਆਉਂਦੀ ਮੰਡੀ ਤੇ ਕਰੋ ਵੀ ਤਿਆਰ ਕਰਕੇ ਲਾ ਦਾਂਗੇ ਤੇ ਜੇ ਕੋਈ ਬੰਦਾ ਤੁਹਾਡੀ ਐਡ ਵੇਖ ਕੇ ਆਪਣੇ ਕੋਲੇ ਪਹੁੰਚਦਾ ਵੀ ਬਾਈ ਆਪਾਂ ਬੱਬੂ ਦੀ ਐਡ ਵੇਖ ਕੇ ਤੁਹਾਡੇ ਕੋਲੇ ਪਹੁੰਚੇ ਆ ਦੀਵਾਲੀ ਆਫਰ, ਹਾਂ ਆਫਰ ਆਪਾਂ ਇੱਥੇ ਹੀ ਦੇ ਦਿੰਦੇ ਹਾਂ, ਜਿੰਨਾ ਕੁ ਡਿਸਕਾਊਂਟ ਆਪਾਂ ਇੱਥੇ ਹੀ ਦੇਣੇ ਆ ਤੁਹਾਡੀ ਐਡ ਤੇ ਸਾਰੇ ਪੂਰੇ ਐਡ ਰੇਟਰ ਨੇ ਇਹਦੇ ਨਾਲ ਵੀ ਚਲੋ ਤੂੰ ਤਾਂ ਕਹਿਤਾ ਪਰ ਆਪਾਂ ਵਡਿਆਈ ਨੀ ਕਰਦੇ, ਕਿਰਪਾ ਉਹ ਮਹਾਰਾਜ ਦੀ ਉਹ ਕਲਗੀ ਵਾਲੇ ਪਾਤਸ਼ਾਹ ਦੀ ਕਿਰਪਾ ਹੈ ਵੀ ਜਿਹੜੇ ਉਹਨੇ ਗੁਣ ਬਖਸ਼ੇ ਆ, ਆਪਾਂ ਆਪਦੀ ਜਵਾਨੋਂ ਆਪਦੀ ਵਡਿਆਈ ਨੀ ਕਰਦੇ। ਇੱਕ ਗੱਲ ਆ ਬਾਈ, ਜੇ ਤੁਸੀਂ ਜਿਹੜਾ ਵੀ ਟਰੈਕਟਰ ਲੈ ਕੇ ਜਾਓਗੇ ਨਾ ਬਾਈ, ਤਸੱਲੀ ਵਕਤ 100% ਗਰੰਟੀ ਤੇ ਦਿੰਦਾ ਗਾ, ਕਿਉਂਕਿ ਬਾਈ ਜੀ ਵਿਸ਼ਵਾਸ ਯੋਗ ਕੰਮ ਹੈਗਾ। ਘਰੇ 5-6 ਟਰੈਕਟਰ ਖੜੇ ਨੇ ਬਾਈ, ਉਹਨਾਂ ਦੀ ਐਡ ਨਹੀਂ ਪਵਾਉਂਦਾ, ਜਿਹੜੇ ਟਰੈਕਟਰ ਤਿਆਰ ਹੁੰਦੇ ਨੇ ਉਹਨਾਂ ਦੀ ਐਡ ਕਰਵਾਉਂਦਾ ਗਾ। ਸਹੀ ਗੱਲ ਹੈ, ਸਹੀ ਆ ਬਾਈ, ਜਮਾ ਸਹੀ ਹੈ ਗੱਲ। ਜਿਨ੍ਹਾਂ ਦੀਆਂ ਕੋਈ ਕਮੀਆਂ ਪੇਸ਼ੀਆਂ ਆਉਂਦੀਆਂ ਬਾਈ, ਕੋਈ ਚੱਕੇ ਵਗੈਰਾ ਗਲੀਸ ਕਰਨੇ, ਕੋਈ ਸਰਵਿਸਾਂ ਜਾਂ ਕੋਈ ਬ੍ਰੇਕ ਘੱਟ ਲੈਂਦਾ ਜਾਂ ਕੋਈ ਟਾਇਰ ਘੱਟ ਆ ਵੱਧ ਪਾਉਣੇ ਆਪਾਂ ਜਾਂ ਕਿਵੇਂ ਵੀ ਆ, ਜਦੋਂ ਟਰੈਕਟਰ ਆਪਦੇ ਵੱਲੋਂ ਓਕੇ ਹੋ ਜਾਂਦਾ ਫਿਰ ਐਡ ਪਾਉਣੇ ਆਪਾਂ, ਉਦੋਂ ਪਹਿਲਾਂ ਆਪਾਂ ਐਡ ਨਹੀਂ ਪਾਉਂਦੇ ਟਰੈਕਟਰ। ਤੇ ਅੱਜ ਬਾਈ ਜੀ ਕਿੰਨੇ ਲੈ ਗਏ? ਅੱਜ ਆਪਾਂ ਬਾਈ 3 ਟਰੈਕਟਰ ਲੈ ਗਏ, 2 ਅਰਜਨ 855। ਠੀਕ ਹੈ, ਪਹਿਲਾਂ ਤੁਹਾਨੂੰ ਬਾਈ ਜੀ ਸਵਰਾਜ 735 ਦੇ ਕੰਗਣਾ ਵੀ ਮਿਲਾਤਾ, 855 ਦੇ ਕੰਗਣਾ ਵੀ ਮਿਲਾਤਾ, ਜੌਨ ਡੀਅਰ ਦੇ ਕੰਗਣਾ ਵੀ ਮਿਲਾਤਾ, ਅੱਜ ਤੁਹਾਨੂੰ ਬਾਈ ਜੀ ਫਾਰਮ ਟਰੈਕ ਤੇ ਅਰਜਨ ਦੇ ਕੰਗਣਾ ਮਿਲਾਉਣਗੇ। ਠੀਕ ਹੈ ਬਾਈ, ਜ਼ਿਆਦਾਤਰ ਫਾਰਮ ਟਰੈਕ, ਹਾਂ ਜ਼ਿਆਦਾ ਟਰੈਕ ਤਾਂ ਆਪਣੇ ਕੋਲ ਇਹੀ ਹੁੰਦੇ ਫਾਰਮ ਟਰੈਕ 60,000 ਅਰਜਨ, ਪਰ ਆਪਣੇ ਕੋਲੇ ਹੁਣ ਜਿਵੇਂ ਕਹਿ ਦਈਏ ਫਾਰਮ ਟਰੈਕਟਰ ਤਿਆਰ ਹੋਣ ਵਾਲੇ 6 ਟਰੈਕਟਰ ਖੜੇ ਆ ਘਰੇ, ਬਸ ਸੁੱਕ ਚਾਹੀਦੀ ਮਹਾਰਾਜ ਦੀ ਕਿਰਪਾ ਵੀ ਆਉਂਦੀ ਮੰਡੀ ਤੇ ਕਰੋ ਵੀ ਤਿਆਰ ਕਰਕੇ ਲਾ ਦਾਂਗੇ। ਠੀਕ ਹੈ, ਜਿੰਨੇ ਤਿਆਰ ਹੋਣਗੇ ਲਿਆਵਾਂਗੇ ਮੰਡੀ, ਕੋਈ ਗੱਲ। ਠੀਕ ਹੈ, ਚਲੋ ਬਈ ਵੀਡੀਓ ਸਟਾਰਟ ਕਰਦੇ ਹਾਂ। ਸਵਰਾਜ 855 ਤੋਂ 3-star 2002 ਮਾਡਲ ਆ ਜੀ ਇਹ। ਠੀਕ ਹੈ ਜੀ, 2002 ਮਾਡਲ ਆ ਵੀਰੇ, ਪਹਿਲੇ ਪਾਰਟੀ ਦਾ ਨਗਦ ਕੈਸ਼ ਦਾ ਨਵਾਂ ਕਢਾਇਆ, ਪਹਿਲੇ ਖੁਦ ਮਾਲਕਾਂ ਦਾ ਨਵਾਂ ਕਢਾਇਆ ਟਰੈਕਟਰ। ਕੰਡੀਸ਼ਨ ਹੈਗੀ ਹੈ 7-8 ਮਾਡਲ ਵਰਗੀ। ਟਰੈਕਟਰ ਤਾਂ ਬਾਈ ਬਹੁਤ ਨਵਾਂ, ਵੇਖ ਲਓ ਬਾਡੀ ਲਾਈਨ ਦਾ ਕੈਮਰਾ ਮਾਰ ਕੇ ਚੈੱਕ ਕਰਾ ਦਿਓ ਵੀ ਆ ਮੋਹਰਾਂ ਸਾਰੀਆਂ ਨਾਲ ਦੀਆਂ, ਵੇਖੋ ਬਾਈ ਚੈੱਕ ਕਰਾਈ ਬਾਈ ਮੋਹਰਾਂ ਆ। ਠੀਕ ਆ ਬਾਈ, ਸਾਰੀਆਂ ਮੋਹਰਾਂ ਹਜੇ ਤੱਕ ਕੋਈ ਮੋਹਰ ਨਹੀਂ ਦੱਸੀ, ਨੰਬਰ ਪਲੇਟਾਂ ਸਾਰਾ ਕੁਝ ਨਾਲ ਦਾ ਉਵੇਂ ਪਿਆ, ਕਲੌਕਸਰ ਇੰਜਨ ਦੇ ਵਿੱਚ ਆ ਤੇ ਮੂਲ ਟਾਇਰਾਂ ਦੀ ਗੱਲ ਕਰਕੇ, ਮੂਲ ਟਾਇਰ ਆਪਾਂ JK ਸੋਨਾ ਦੇ ਨਵੇਂ ਪਾਏ ਆ ਬਾਈ ਜੀ, JK ਸੋਨਾ 1 ਬੈਲ ਮਿਲ ਜੂ ਇਹਨਾਂ ਦਾ। ਠੀਕ ਹੈ ਜੀ, ਨਵੇਂ ਟਾਇਰ ਕੰਪਨੀ ਦੇ ਪਾਏ, ਮਗਲੇ ਟਾਇਰਾਂ ਦੀ ਗੱਲ ਕਰਕੇ ਗੁਡੀਅਰ ਕੰਪਨੀ ਦੇ ਟਾਇਰ 70 ਪਏ ਆ। ਠੀਕ ਹੈ ਜੀ, ਵੱਡੇ ਐਕਸਲਾਂ ਦੇ ਵਿੱਚ ਆ। ਠੀਕ ਹੈ, ਵੱਡੇ ਤੇ ਵੱਡੇ ਵੱਡੇ ਟਾਪੇ 'ਚ ਆ, ਲੈਫਟ ਟਾਪਾ ਵੱਡਾ ਆ ਜਾਂਦਾ ਇਹਦੇ ਬਾਈ, 2002 ਮਾਡਲ। ਠੀਕ ਆ ਬਾਈ ਜੀ, ਠੀਕ ਆ, ਕਲੌਕਸਰ ਇੰਜਨ ਆ ਜਾਂਦਾ ਏ। ਠੀਕ ਹੈ ਜੀ, ਤੇ ਟਰੈਕਟਰ ਬਾਈ ਸਾਰਾ ਰੀਨਲ ਆ, ਮਗਰਾੜਾਂ ਦੀਆਂ ਛੱਤਾਂ ਛੁੱਤਾਂ ਤੇ ਮੇਰਾ ਬਾਈ ਕੈਮਰਾ ਮਾਰ ਕੇ ਤਾਂ ਛੱਤਾਂ ਤੋਂ ਵੀ ਚੈੱਕ ਕਰਾ ਦੇ, ਮਗਰਾੜ ਪੂਰਾ ਨਵਾਂ ਟਰੈਕਟਰ ਆ, ਪੂਰਾ ਨਵਾਂ, ਤੇ ਪਾਲਟੀ ਕੰਮੀ ਨਹੀਂ, ਪਹਿਲੇ ਖੁਦ ਮਾਲਕ ਦਾ ਨਵਾਂ ਕਢਾਇਆ, ਆਈਡੀ ਪ੍ਰੂਫ ਸਾਰਾ ਕੁਝ ਮਿਲੂਗਾ। ਠੀਕ ਹੈ, ਖੁਦ ਮਾਲਕ ਤੋਂ ਲਿਆਂਦਾ ਇੱਕ ਗੱਲ ਹੈ ਨਾ ਬਾਈ, 22-23 ਮਾਡਲ ਵਾਲੇ ਤਾਂ ਫਸਟ ਨਾ ਹੋ ਜਾਂਦੇ ਨੇਗੇ, ਪਰ ਆ ਚੀਜ਼ ਨਹੀਂ ਮਿਲਦੀ, ਜਿਹੜੀ ਆ ਚੀਜ਼ ਹੈ ਇਹਦੀ ਜਾਤ ਆ ਜਿਹੜੀ, ਇਹ ਜਾਤ ਨਹੀਂ ਮਿਲਦੀ ਗੀ। 2002 ਦੀ ਬੰਦਾ ਇੰਨਾ ਮੁਕਾਬਲੇ ਦਾ ਟਰੈਕਟਰ ਭਾਲ ਦੇ ਮੇਰੇ ਇੱਥੇ ਲਾ ਦੇ ਮੱਥੇ, ਗਰੰਟੀ ਆ ਆਪਣੀ। ਆ ਬੈਂਪਰ ਤੇ ਕਰਨਾਲ ਦਾ ਬਾਈ, ਯਾਂਸੀ ਦਾ, ਆ ਸਟicker ਜਿਹੜੇ ਬੈਂਪਰ ਦੇ ਹੁੰਦੇ ਆ ਯਾਂਸੀ ਦੇ ਸਟicker ਆ ਇਹ ਤੱਕ, ਜੇ ਤੁਹਾਡੇ ਮੱਥੇ ਲਾਦਾ ਤੁਸੀਂ ਜਾਣ ਹੀ ਨਹੀਂ ਦੇਣਾ। ਹਾਂ, ਇਹ ਬਾਈ ਜੀ ਆਪਾਂ ਬੈਂਪਰ ਵੀ ਨਹੀਂ ਪੇਂਟ ਕਰਾਇਆ ਇਹਦਾ, ਬੈਂਪਰ ਪੇਂਟ ਕਰਾ ਲੈਂਦੇ, ਅਗਲਾ ਕਹਿੰਦਾ ਖਰੀ ਪੁਆਰਾ ਲੱਗਿਆ ਟਰੈਕਟਰ ਤੇ, ਜਿਹੜੀ ਪੇਂਟ ਕਰਵਾਇਆ ਨਹੀਂ, ਦੁਬਾਰਾ ਚਾਰ ਲਾ, ਕੱਲੀ ਲੰਬਰ ਉਹ ਥੱਲੇ ਲਾਈ ਆ ਪਲੇਟ ਆਪਾਂ, ਤੇ ਹਜੇ ਤੱਕ ਆ ਲੰਬਰ ਨੰਬਰ ਸਾਰੇ ਯਾਂਸੀ ਦੇ ਸਟicker ਆ ਬੈਂਪਰ ਦੇ, ਜੋ ਵੀ ਕੁਛ ਹੈਗਾ ਹੁਣ, ਮਤਲਬ ਲੈਫਟ ਪੰਪ ਤੇ ਕਰਨਾਲ ਦਾ, ਅਲਟੀਏਟਰ ਚੈੱਕ ਕਰਾ ਦਿਓ, ਅਲਟੀਏਟਰ ਦਾ ਸਾਰਾ ਕੁਛ ਨਾਲ ਦਾ, ਹਜੇ ਤੱਕ ਆ ਵੇ ਲਓ ਪੰਪ ਨਾਲ ਦਾ, ਸੈਲਫਸ ਵਗੈਰਾ, ਆ ਮੋਹਰਾਂ ਚੈੱਕ ਕਰਾ ਦੇ, ਆ ਜੇ ਮੋਹਰਾਂ ਜਿਵੇਂ ਤੈਨੂੰ ਮੈਂ ਦੱਸੀ ਨਾ ਬਾਈ ਬੱਬੂ, ਉਦੋਂ ਸਾਰੀਆਂ ਟਰੈਕਟਰ ਤੇ ਪਈਆਂ, ਵੇ ਲਾ ਵੇ ਲਾ, ਜਿਵੇਂ 2002 ਤੋਂ ਨਿਕਲਿਆ ਸੀਗਾ ਉਵੇਂ ਦਾ ਉਵੇਂ, ਉਵੇਂ ਦਾ ਉਵੇਂ ਪਿਆ, ਨਗਾਂ ਦੀ ਗੱਲ ਕਰਕੇ ਨਗ ਸਾਰੇ ਪੂਰੇ, ਡੰਡਾ ਫੱਟੀ ਛਤਰੀ ਸਾਰਾ ਕੁਝ ਓਕੇ ਆ ਟਰੈਕਟਰ ਦੇ ਨਾਲ, ਇੱਕ ਵਾਰੀ ਮਗਰੋਂ ਵੀ ਕੈਮਰਾ ਮਾਰ ਕੇ ਚੈੱਕ ਕਰਾ ਦੇ, ਵੇਖੀ ਬਾਈ ਜੀ ਆ ਬੂਟ ਚੈੱਕ ਕਰਾਈ, ਲੈਫਟ ਟਾਪੇ ਦਾ ਬੂਟ ਹੁੰਦਾ ਹੈ, ਇਹ ਯਾਂਸੀ ਦਾ ਬੂਟ ਆ ਇਹ। ਠੀਕ ਹੈ, ਚੇਂਜ ਹੀ ਨਹੀਂ ਹੋਇਆ, ਆ ਹੁੱਕ ਵਗੈਰਾ ਨਾਲ ਦੀ ਹੈ, ਜੇ ਕਿਰਾਏ ਵਾਲੇ ਕੋਲੇ ਹੁੰਦਾ ਬੱਬੂ, ਵੱਡੀਆਂ ਵੱਡੀਆਂ ਹੁੱਕਾਂ ਖਸਾ ਆਉਂਦਾ ਟਰਾਲੇ ਵਾਲਾ, ਇਹਦੀ ਅਜੇ ਹੁੱਕ ਵੀ ਯਾਂਸੀ ਵਾਲੀ ਨਾਲ ਦੀ ਪਈ ਹੈ ਜੀ, ਉਵੇਂ ਦੀ ਉਵੇਂ ਪਈ ਆ, ਬਾਡੀ ਲਾਈਨ ਤੇ ਇੱਥੇ ਰੰਗ ਨਹੀਂ ਮਿਲਦਾ ਹੁੰਦਾ ਇਹ ਮਾਡਲ ਦੇ, ਤਾਂ ਇੱਥੇ ਰੰਗ ਇਹਦੇ 70 ਪੈਸੇ ਰੰਗ ਪਿਆ ਟਰੈਕਟਰ ਤੇ, ਇਹ ਵੀ ਗੱਲ, ਮਗਰਾੜਾਂ ਦੀਆਂ ਵੇਖੀਆਂ ਬਾਈ, ਛੱਤਾਂ ਛੁੱਤਾਂ ਸਾਈਡਾਂ ਹੋਡਾ, ਨਵਾਂ ਟਰੈਕਟਰ ਬਿਲਕੁਲ ਨਵਾਂ, ਤੋਹਫਾ ਟਰੈਕਟਰ ਹੈਗਾ ਕਹਿੰਦੇ, ਹਾਂ 6-4 ਡਬਲ ਕਲਚ, ਤੇ ਮਾਡਲ ਹੈਗਾ 2002 ਤੇ ਡਿਮਾਂਡ, ਮਾਡਲ 2002 ਆ ਵੀਰੇ। ਠੀਕ ਹੈ ਜੀ, ਤੇ ਡਿਮਾਂਡ ਜੀ, ਡਿਮਾਂਡ ਦੀ ਗੱਲ ਕਰਕੇ ਵੀਰੇ 2,98,000 ਰੁਪਇਆ ਰੇਟ ਆ। ਠੀਕ ਹੈ ਜੀ, ਤੇ ਜੇ ਕੋਈ ਬੰਦਾ ਤੁਹਾਡੀ ਐਡ ਵੇਖ ਕੇ ਆਪਣੇ ਕੋਲੇ ਪਹੁੰਚਦਾ ਹੈ, ਵੀ ਬਾਈ ਆਪਾਂ ਬੱਬੂ ਦੀ ਐਡ ਵੇਖ ਕੇ ਤੁਹਾਡੇ ਕੋਲੇ ਪਹੁੰਚੇ ਆ, ਦੀਵਾਲੀ ਆਫਰ, ਹਾਂ ਆਫਰ ਆਪਾਂ ਇੱਥੇ ਦੇ ਦਿੰਦੇ, ਜਿੰਨਾ ਕੁ ਡਿਸਕਾਊਂਟ ਆਪਾਂ ਇੱਥੇ ਦੇਣੇ ਤੁਹਾਡੀ ਐਡ ਤੇ, ਚੱਲਦੀ ਐਡ ਤੇ ਡਿਸਕਾਊਂਟ ਦੇ ਦਿੰਦੇ ਆਪਾਂ। ਠੀਕ ਹੈ, 2,85,000 ਦਾ ਰੇਟ ਦੇ ਦਿੰਦੇ। ਠੀਕ ਹੈ ਬਾਈ ਜੀ, ਜੇ ਕੋਈ ਮੌਕੇ ਤੇ ਕੋਈ ਬੰਦਾ ਕਹਿ ਦੇ ਯਾਰ ਕੋਈ ਰਾਹਦਾਰੀ ਦਾ ਕੋਈ ਨਹੀਂ, ਜਿੰਨਾ ਕੁ ਹੋਇਆ
ਉਹਨਾਂ ਕ ਮਾਨ ਤਾਨ ਕਰ ਦੂੰਗਾ ਬਾਲਾ ਨਹੀਂ ਹੋਣਾਗਾ ਚਾਹ ਪਾਣੀ ਕਰਕੇ ਹਾਂ ਉਹ ਵੀ ਤੁਹਾਡੇ ਇੱਕ ਤੁਹਾਡਾ ਮਾਨ ਹੈ ਇੱਕ ਅੱਗੇ ਹੈ ਡੀਲੈਕਸ ਮਾਡਲ ਅਰਜਨ ਚੈਂਜਰ ਮੈਟ 605 16 ਟਾਇਰਾਂ ਚ ਠੀਕ ਹੈ ਜੀ ਹਾਂ ਚਾਰੇ ਟਾਇਰ ਐਮਆਰਫ ਕੰਪਨੀ ਦੇ ਨਵੇਂ ਟਾਇਰ ਆ ਚਾਰੇ ਠੀਕ ਹੈ ਐਮਆਰਫ ਸ਼ਾਟੀ ਲਾਈਫ ਹਾਂ ਫਰੰਟ ਵਾਲੇ ਟਾਇਰ ਮਹਿੰਗੇ ਪਏ ਵੇ ਆਏ ਕਿਉਂਕਿ ਭਾਈ ਜੀ ਇਹਦੀ ਜਿਹੜੀ ਗੁੱਡੀ ਹੈ ਨਾ ਉਹਨਾਂ ਨਾਲ ਅਲੱਗ ਗੁੱਡੀ ਹਾਂ ਅਲੱਗ ਗੁੱਡੀ ਹੈ ਥੋੜੇ ਜਿਹੇ ਮਹਿੰਗੇ ਆ ਟਾਇਰ ਆਪਾਂ ਵੀ ਵਧੀਆ ਟਾਇਰ ਮੈਂ ਕਿਹਾ ਸੋਹਣੇ ਲੱਗਦੇ ਇਹ ਪਾ ਦਿੰਨੇ ਆ ਠੀਕ ਹੈ ਚੈਂਜਰ ਮੈਟ ਆ 605 16 ਦੇ ਟਾਇਰਾਂ ਚ ਠੀਕ ਹੈ ਜੀ ਤੇ ਇੰਜਨ ਗੇਅਰ ਦੀ ਗੱਲ ਕਰਕੇ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਹੈ ਭਾਈ ਜਿਹੜੇ ਟ੍ਰੈਕਟਰਾਂ ਦੀ ਐਡ ਪਾਉਨੇ ਆ ਆਪਾਂ ਆਪਣੇ ਲਈ ਵੀਰ ਆਪਣੇ ਨਾਲ ਸੌਦਾ ਕਰਕੇ ਸੌਦਾ ਟੋਕਲੇ ਵਾਲੇ ਠੀਕ ਹੈ ਜੀ ਫੇਰ ਟ੍ਰੈਕਟਰ ਲੈ ਜੀ ਠੀਕ ਹੈ ਕਾਰੀਗਰ ਬੰਦੇ ਨੂੰ ਲਿਆ ਕੇ ਟ੍ਰੈਕਟਰ ਚੈੱਕ ਕਰਾ ਸਕਦਾ ਆਪਾਂ ਨੂੰ ਕੋਈ ਇਤਰਾਜ਼ ਨਹੀਂ ਕਿਸੇ ਤੇ ਠੀਕ ਹੈ ਸਰਵਿਸ ਵਗੈਰਾ ਆਪ ਹੀ ਕਰਦੇ ਸਰਵਿਸ ਵਗੈਰਾ ਬਾਈ ਜੀ ਨਵੀਂ ਹੋਈ ਆ ਹੁਣ ਤੂੰ ਸਰਵਿਸ ਦੀ ਗੱਲ ਛੇੜ ਲਈ ਸਰਵਿਸ ਵੀ ਚੈੱਕ ਕਰਾ ਦਿੰਦੇ ਆ ਕੋਈ ਗੱਲ ਨਹੀਂ ਠੀਕ ਹੈ ਹੁਣ ਤੂੰ ਗੱਲ ਛੇੜ ਹੀ ਲਈ ਜਦੋਂ ਤੇ ਨਾਲ ਸਾਰੇ ਪੂਰੇ ਆ ਟ੍ਰੈਕਟਰ ਨਾਲ ਇਹਦੇ ਨਾਲ ਵੀ ਜਿਹੜਾ ਅਗਲਾ ਖੋਲ ਕੇ ਵੀ ਕਹਦੇ ਨਾ ਇਸਾ ਕਹਦੇ ਵੀ ਆ ਸਰਵਿਸ ਨਹੀਂ ਮੈਂ ਨਾ ਬਾਈ ਯਾਰ ਡੀਜ਼ਲ ਫਿਲਟਰ ਮੁਗਲੈਲ ਫਿਲਟਰ ਜੋ ਚੱਕੇ ਚੁੱਕੇ ਮੂਹਰਲੇ ਗਲੀਸ ਸਾਰੇ ਕਰੇ ਹੁੰਦੇ ਆ ਬਾਈ ਖੋਲ ਕੇ ਇਹ ਚੀਜ਼ ਦੀ ਆਪਣੀ ਗਾਰੰਟੀ ਆ ਮੈਕੋ ਪੰਪ ਆਏ ਮੈਕੋ ਪੰਪ ਚਾਹੀਦਾ ਹਾਂ ਮੈਕੋ ਪੰਪ ਆ ਮੈਕੋ ਦੇ ਪੰਪ ਘੱਟ ਮਾਰ ਜਿਆਦਾ ਬੈਸਟ ਹੈਗਾ ਨਾ ਉਹ ਹਾਂ ਮੈਕੋ ਨੂੰ ਆਪਾਂ ਬਾਈ ਵਧੀਆ ਕਹਿੰਦੇ ਆ ਆਪਾਂ ਜਿਹੜੀ ਆਪਣੀ ਵੇਚਣੀ ਆ ਆਪਾਂ ਤਾਂ ਮੈਕੋ ਨੂੰ ਹੀ ਵੇਚ ਕੇ ਖੁਸ਼ ਆ ਬਾਈ ਜੀ ਠੀਕ ਆ ਬਾਈ ਹਾਂ ਅੱਗੇ ਚਲੋ ਗਾਂ ਕਿਸੇ ਦੀ ਕੋਈ ਡਿਮਾਂਡ ਹੁੰਦੀ ਆ ਪਰ ਆਪਾਂ ਮੈਕੋ ਨੂੰ ਵਧੀਆ ਕਹਿੰਦੇ ਆ ਇਹ ਚੀਜ਼ ਤੇ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਬਾਈ ਜੀ 13 ਮਾਡਲ ਦੀ ਆਪਣਾ ਰੇਟ ਤਾਂ ਹੈਗਾ 5,25,000 ਰੁਪਿਆ ਜੇ ਕੋਈ ਬੰਦਾ ਤੁਹਾਡੀ ਐਡ ਵੇਖ ਕੇ ਆਉਂਦਾ ਆਪਣੇ ਕੋਲੇ ਟ੍ਰੈਕਟਰ ਦੀ ਗਾਰੰਟੀ ਉਹੀ ਆ ਨਾਗ ਸਾਰੇ ਪੂਰੇ ਮਿਲਣਗੇ ਡੰਡਾ ਫੱਟੀ ਛਤਰੀ ਬੈਂਪਰ ਸਾਰਾ ਕੁਝ ਨਾਲ ਮਿਲੂਗਾ ਪੰਜਾਬ ਨੰਬਰ PV010 ਲੁਧਿਆਣੇ ਦਾ ਠੀਕ ਹੈ ਜੀ ਲੁਧਿਆਣੇ ਦਾ ਨੰਬਰ ਹੈ ਠੀਕ ਹੈ ਆਈਡੀ ਪ੍ਰੂਫ ਸਾਰਾ ਕੁਝ ਨਾ ਹੈ ਠੀਕ ਹੈ ਨਾਲ ਆਪਣੇ ਕੋਲੇ ਕਾਗਜ਼ ਪੱਤਰ ਓਕੇ ਆ ਕੋਈ ਲੋਨ ਨਹੀਂ ਠੀਕ ਆ ਰੇਟ ਦੀ ਗੱਲ ਕਰਕੇ ਆਪਾਂ 5 ਲੱਖ ਦਾ ਰੇਟ ਦੇ ਦਾਂਗੇ ਠੀਕ ਹੈ 25,000 ਰੁਪਿਆ ਆਪਾਂ ਸਿੱਧਾ ਹੀ ਤੁਹਾਡੀ ਐਡ ਤੇ ਛੱਡਦਾ ਠੀਕ ਹੈ ਬਾਈ ਜੀ ਹਾਂ ਜਿਹੜੀ ਗੱਲ ਸਰਵਿਸਾਂ ਦੀ ਰਹਿ ਗਈ ਇੱਕ ਵਾਰੀ ਮਾੜਾ ਜਿਹਾ ਹੁਣ ਚੈੱਕ ਕਰਾ ਦੇਗੇ ਹੁਣ ਤੂੰ ਗੱਲ ਛੇੜੀ ਆ ਇੱਕ ਵਾਰੀ ਮਾੜਾ ਜਿਹਾ ਘੋ ਗਿਆ ਇੱਧਰ ਹੋ ਆ ਵੇਖ ਲਾ ਲੈ ਵੀ ਤਿੰਨ ਟ੍ਰੈਕਟਰ ਦੀ ਆਪਾਂ ਟ੍ਰੈਕਟਰ ਦੀ ਐਡ ਪਾ ਕੇ ਹਟਿਆ ਹੁਣ ਵੇਲਾ ਤੇਰੀ ਐਡ ਤੇ ਠੀਕ ਹੈ ਨਾ ਆ ਵੇਖ ਲਾ ਸਰਵਿਸ ਹੋ ਕੇ ਟ੍ਰੈਕਟਰ ਘੰਟਾ ਡੂਡ ਘੰਟਾ ਜੀ 3500 ਲਾਇਆ ਹੋਇਆ ਲਾਇਆ ਬਈ ਇਹ ਦੀਂਦਾ ਲੱਗਿਆ ਵਾ ਠੀਕ ਆ ਜਾ ਕੇ ਹੁਣ ਲੋਡ ਨਹੀਂ ਹਾਂ ਵੀ ਆਏ ਨਹੀਂ ਜਾ ਕੇ ਬੰਦੇ ਨੂੰ 2 ਡਰਮ ਡੀਜ਼ਲ ਦੇ ਫੂਕਲੇ ਫੇਰ ਸਰਵਿਸ ਕਰਾਓ ਠੀਕ ਆ ਬਈ ਹਾਂ ਬਸ ਹੁਣ ਕਹਦੀ ਕਲਰ ਆ ਮੈਂ ਓਕੇ ਆ ਜਾਵਾਂ ਓਕੇ ਯਾਰ ਠੀਕ ਆ ਬਈ ਜੀ ਤੇ ਅਗਲਾ ਬਈ ਜੀ ਅਗਲਾ ਆ ਕੇ ਆਪਣੇ ਕੋਲ ਆ ਗਈ 555 ਠੀਕ ਆ ਜੀ 555 2013 ਮਾਡਲ ਆ ਇਹ ਠੀਕ ਆ ਜੀ 2013 ਮਾਡਲ ਸੈਂਟਰ ਗੇਅਰ ਆ ਠੀਕ ਆ ਜੀ ਇਹਦੇ ਟਾਇਰਾਂ ਦੀ ਗੱਲ ਕਰਕੇ ਬਾਈ ਜੀ ਨਾਲ ਦੇ ਟਾਇਰ ਆ ਇਹਦੇ 13 ਮਾਡਲ ਦੇ ਠੀਕ ਆ ਜੀ ਐਮਆਰਪ ਸ਼ਕਤੀ ਲਾਈਫ ਦੇ 85 ਪੈਸੇ ਟਾਇਰ ਆ ਨਾਲ ਦੇ ਫਿਰ ਘੰਟੇ ਪੁੱਛਣਾ ਬੰਦਾ ਜੀ ਘੰਟੇ 1930 ਘੰਟੇ ਚੱਲਿਆ ਟ੍ਰੈਕਟਰ ਬਾਈ ਜੀ ਸਾਰਾ ਆ ਮਾਰੀ ਮਾੜਾ ਜਿਹਾ ਕੈਮਰਾ ਮਾਰੀ ਵੀਰੇ ਇਧਰ ਆ ਨਾਟ ਨੂਟ ਦਿਖਾ ਦੇ ਵੀ ਕੋਈ ਟ੍ਰੈਕਟਰ ਦਾ ਨਾਟ ਨਹੀਂ ਖੁੱਲਿਆ ਅਜੇ ਤੱਕ ਸਾਰੇ ਸ਼ੀਲਡ ਨਾਟ ਪਏ ਆ ਏਜੰਸੀ ਦੇ ਠੀਕ ਆ ਜੀ ਏਜੰਸੀ ਦਾ ਕੋਈ ਜੋੜ ਨਹੀਂ ਖੁੱਲਿਆ ਗੱਲ ਆ ਗਈ ਸਟਿੱਕਰਾਂ ਤੇ ਆ ਸਟਿੱਕਰ ਤਾਂ ਜਿੰਨੇ ਕ ਲਏ ਵੇ ਆ ਲੈ ਗਏ ਠੀਕ ਆ ਬਾਕੀ ਸਾਰੇ ਸਟਿੱਕਰ ਇਹਦੇ ਨਾਲ ਦੇ ਪਏ ਆ ਮੈਂ ਤੁਹਾਨੂੰ ਚੈੱਕ ਕਰਾਉਣਾ ਇੱਕ ਵਾਰੀ ਮਾੜਾ ਜਿਹਾ ਕੈਮਰਾ ਮਾਰੀ ਆਈ ਜਿੱਥੇ ਜਿੱਥੇ ਕਿਹਾ ਤੈਨੂੰ ਤੇ ਐਵੇਂ ਕਿਸੇ ਦਾ ਗੇੜਾ ਨਾ ਜਾਵੇ ਵੀਰ ਦਾ ਆ ਦੇਖੋ ਆ ਬਾਈ ਮੋਰਾ ਚੈੱਕ ਕਰਾ ਦੇ ਸੋਹਣਾ ਪਿਆਗਾ ਬਈ ਸਟਿੱਕਰ ਆ ਦੇਖੀ ਮੋਰਾ ਚੈੱਕ ਕਰਾ ਦੇ ਠੀਕ ਹੈ ਇੱਕ ਵਾਰੀ ਮਾੜਾ ਜਿਹਾ ਅਲਟੀਰੇਟਰ ਤੇ ਆ ਜਾ ਇਧਰ ਸਟਿੱਕਰ ਕਾਗਜ਼ਾਂ ਨਹੀਂ ਬਾਈ ਲਏ ਹਜੇ ਜਮਾ ਨਾਲ ਦੇ ਇੱਥੇ ਕੈਮਰਾ ਮਾਰੀ ਟੈਪਟ ਕਵਰ ਖੁੱਲਿਆ ਨਹੀਂ ਹਜੇ ਇਹਦਾ ਸ਼ੀਲਡ ਪਿਆ ਜਮਾ ਟ੍ਰੈਕਟਰ ਸਾਰਾ ਲੈ ਜਾਂਦਾ ਤੇ ਇਹਦਾ ਉਹ ਵੀ ਨਹੀਂ ਲਿਆ ਇੱਥੇ ਮਾਰੀ ਕੈਮਰਾ ਜਿੰਨੇ ਸਟਿੱਕਰ ਆ ਸਾਰੀਆਂ ਮੋਹਰਾਂ ਮਿਲਾ ਲੈ ਬੰਦਾ ਗਾਹ ਘਰੇ ਆ ਕੇ ਇਹ ਨਹੀਂ ਵੀ ਦੁਆਰੇ ਲੱਗੀਆਂ ਸਾਰਿਆਂ ਤੇ ਇੱਕ ਹੀ ਮੋਹਰ ਮਿਲੂਗੀ ਠੀਕ ਆ ਬਾਈ ਜੀ ਇੱਥੇ ਮਾਰੀ ਬਈ ਡਾਕਟਰਾਂ ਤੇ ਕੋਈ ਦਿੰਦੀ ਚਾਬੀ ਪਈ ਕਿਤੇ ਸਾਰਾ ਗੁੰਦਿਆ ਪਿਆ ਰੰਗ ਦਾ ਟ੍ਰੈਕਟਰ ਮੈਲਾ ਦਾ ਮੁੜ ਕੇ ਫੜਾਈ ਮੈਕੋ ਪੰਪ ਮੈਕੋ ਪੰਪ ਮੈਕੋ ਪੰਪ ਸੈਂਟਰ ਗੇਅਰ ਸੈਂਟਰ ਗੇਅਰ ਠੀਕ ਹੈ ਨਾ ਕੜਾ ਲੈ ਦੋ ਬਾਅਦ ਚ ਕਿਸੇ ਨੂੰ ਫੜਾਈ ਨਹੀਂ ਹਾਂ ਪਹਿਲੇ ਘਰੇ ਖੁਦ ਮਾਲਕ ਦਾ ਨਵਾਂ ਕਢਾਇਆ ਆਈਡੀ ਪ੍ਰੂਫ ਵਗੈਰਾ ਸਾਰਾ ਕੁਝ ਨਾਲ ਆ ਚੈਪ ਵਾਲੀ ਕਾਪੀ ਆ ਠੀਕ ਹੈ ਨਾਲ ਦੇ ਨਵਾਂ ਟ੍ਰੈਕਟਰ ਪੂਰਾ ਨਾਲ ਦੇ ਟਾਇਰ 13 ਮਾਡਲ ਦੇ ਤੇ ਡਿਮਾਂਡ ਜੀ ਸਰਕਾਰੀ ਪਲੇਟਾਂ ਲੱਗੀਆਂ ਵੀਰੇ ਇਹਦੇ ਨੰਬਰ PV03 ਬਠਿੰਡਾ ਠੀਕ ਹੈ ਬਠਿੰਡਾ ਹੁਣ ਤੂੰ ਸਰਵਿਸ ਦੀ ਗੱਲ ਉਧਰੋਂ ਛੇੜੀ ਸੀਗੀ ਤੇ ਇਹਦੀ ਵੀ ਚੈੱਕ ਕਰਾ ਦੇ ਇੱਕ ਵਾਰੀ ਦੱਸਦਾ ਤੇਲ ਬੱਬੂ ਬਦਲਿਆ ਕਿ ਮੈਂ ਗੱਲਾਂ ਹੀ ਉਹੀ ਕਰਦਾ ਹੁੰਦਾ ਵੇਖ ਲਾ ਸਹੀ ਗੱਲ ਆ ਬਈ ਦੱਸ ਦੇ ਹੁਣ ਤੇਰੀ ਐਡ ਤੇ ਮੈਂ ਜਿਹੜੀ ਗੱਲ ਬੋਲਦਾ ਵੀ ਉਹ ਸਹੀ ਹੁੰਦੀ ਹੈ ਕਿ ਕਿਵੇਂ ਆ ਜਮਾ ਓਕੇ ਸਹੀ ਆ ਨਾ ਸਹੀ ਜਮਾ ਬਸ ਜਿਹੜੀ ਗੱਲ ਕਹੀ ਉਹ ਗੱਲ ਲਿਖ ਲੂਗੀ ਜੇ ਨਾ ਵੀ ਕੀਤੀ ਜੇ ਕਿਸੇ ਵੀਰ ਨੇ ਵਾਉਣਾ ਹੋਵੇ ਟ੍ਰੈਕਟਰ ਐਡ ਤੇ ਬੋਲਦਾ ਵਾਹ ਕੇ ਸੌਦਾ ਲਾ ਲੇ ਮੇਰੇ ਨਾਲ ਠੀਕ ਆ ਗਾਰੰਟੀ ਆ ਆਪਣੀ 100% ਕੁਆਲਿਟੀ ਟ੍ਰੈਕਟਰ ਵੇਖ ਲਾ ਆ ਸਟਿੱਕਰ ਵਗੈਰਾ ਚੈੱਕ ਕਰਾ ਦੇ ਮੰਗੜਾਂ ਦੇ ਸਾਰਾ ਕੁਝ ਉਵੇਂ ਪਿਆ ਇੱਕ ਵਾਰੀ ਕੈਮਰਾ ਵਗੈਰਾ ਵੀ ਜਿਹੜੇ ਏਜੰਸੀ ਦੇ ਸਾਰਾ ਕੁਝ ਉਵੇਂ ਹੀ ਆ ਬਾਈ ਆ ਯਾਰ ਸ਼ੀਸ਼ੇ ਤੇ ਜਿਹੜੇ ਨਿਸ਼ਾਨ ਆ ਪਿੰਨਾਂ ਦੀ ਲਿਖਾਈ ਆ ਏਜੰਸੀ ਦੀ ਲਿਖਾਈ ਆ ਕੋਈ ਦੁਆਰੇ ਨਹੀਂ ਹੋਈ ਏ ਆ ਦੇਖੋ ਬਈ ਹਾਂ ਥੱਲੇ ਦਿਖਾ ਆ ਪੈਰਦਾਨਾਂ ਦੇ ਰੰਗ ਵੇਖ ਲਾ ਮੈਟਾ ਮੋਟਾ ਤੇ ਉਵੇਂ ਪਿਆ ਸਾਰਾ ਇਹ ਰੰਗ ਵੇਖ ਲਾ ਟਾਪਿਆ ਪੂਰਾ ਸੋਹਣਾ ਟ੍ਰੈਕਟਰ ਜਿੱਥੇ ਆਪਣੇ ਪੈਰ ਇੱਥੇ ਵੇਖ ਲਾ ਮਿੱਟੀ ਵਾਲੇ ਲੱਗਣੇ ਉੱਥੋਂ ਵੀ ਨਹੀਂ ਰੰਗ ਲਿਆ ਟ੍ਰੈਕਟਰ ਦਾ ਜੀ ਠੀਕ ਆ ਜੀ ਤੇ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ
ਠੀਕ ਹੈ ਜੀ। ਜੇ ਕੋਈ ਬੰਦਾ ਤੁਹਾਡੀ ਐਡ ਵੇਖ ਕੇ ਆਉਂਦਾ ਵੀ ਬਾਈ ਕਵੇ ਵੀ ਮੈਂ ਬੱਬੂ ਦੀ ਐਡ ਤੇ ਤੇਰੇ ਕੋਲੇ ਪਹੁੰਚਿਆ ਹਾਂ ਜੀ, ਡਿਸਕਾਊਂਟ ਆਪਾਂ ਇੱਥੇ ਹੀ ਦੇ ਦਿੰਦੇ ਆ, ਠੀਕ ਆ। ਇਹ ਨਹੀਂ ਆਦਾ ਮੈਂ ਗਾਹਕ ਮੇਰੇ ਕੋਲੇ ਚੱਲ ਕੇ ਆਵੇ ਤੇ ਮੈਂ ਘਰੇ ਆ ਕੇ ਦੱਸੂਗਾ ਠੀਕ ਹੈ ਵੀ ਮੈਂ ਇੰਨੇ ਦਾ ਛੱਡੂਗਾ। ਇੱਕੋ ਮੁੱਲ 4,60,000 ਦਾ ਰੇਟ ਦੇ ਦੂੰਗਾ ਠੀਕ ਹੈ, ਠੀਕ ਆ। ਤੇ ਛਤਰੀ, ਛਤਰੀ ਮਿਲੂਗੀ ਨਾਲ ਠੀਕ ਹੈ, ਛਤਰੀ ਪੂਰੀ ਵਧੀਆ ਛਤਰੀ ਆ ਉਹ ਦੇ ਦੂੰਗਾ ਠੀਕ ਹੈ। ਬੈਂਪਰ ਲੱਗਿਆ ਵਾ, ਡੰਡਾ ਫੱਟੀ ਵਿੱਚ ਸਾਰਾ ਕੁਝ ਪਿਆ, ਟ੍ਰੇਟਰ ਦੇ ਛਤਰੀ ਆਪਾਂ ਦੇ ਦਾਂਗੇ ਪੂਰੀ ਯਾਰ, ਜਿੰਨੀ ਸੈਸਰੀ ਏਜੰਸੀ ਦੀ ਸਾਰਾ ਕੁਝ ਲੱਗਿਆ ਵਾ ਨਾਲ ਹੀ, ਸਲੈਂਸਰ ਵਗੈਰਾ ਨਾਲ ਦਾ ਹਜੇ ਤੱਕ ਠੀਕ ਹੈ ਬਈ। ਚੇਂਜ ਨਵਾਂ ਟ੍ਰੇਟਰ ਵੇਖ ਲੈ ਵੀ ਸ਼ੋ ਤੋਂ ਕਿਤੋਂ ਇਹ ਪੇਪੜੀ ਨਹੀਂ ਬਣੀ ਰੰਗ ਦੀ, ਜਮਾ ਨਵਾਂ ਟ੍ਰੇਟਰ ਆ, ਚਲਾਈ ਨਹੀਂ ਗਾ। ਬਾਕੀ ਮੇਨ ਗੱਲ ਬੱਬੂ, ਮੈਂ ਇੱਕੋ ਪੰਪ ਤੇ ਸੈਂਟਰ ਗਏ, ਤੈਨੂੰ ਪਤਾ ਵੀ ਮਿਲਦਾ ਨਹੀਂ ਗਾ ਠੀਕ ਹੈ ਬਈ। ਜਿਆਦਾ ਕਹਿਣਾ ਮੈਂ ਪਹਿਲੀ ਕਹਿ ਗਿਆ ਇਹ ਚੀਜ਼ ਬਸ ਤੈਨੂੰ ਦੱਸਿਆ ਵੀ ਗਹਿਣਾ ਇੱਕ ਟ੍ਰੇਟਰ ਯਾਰ ਠੀਕ ਹੈ, ਪੂਰਾ ਫੁੱਲ ਸੋਹਣਾ ਹਾਂ, ਪੂਰਾ ਫੁੱਲ ਸੋਹਣਾ। ਤੇ ਬਾਕੀ ਬਈ ਅਗਲੀ ਮੰਡੀ ਬਾਈ ਕਹਿੰਦੇ ਜਿਹੜੇ ਹੋਰ ਟਰੈਕਟਰ ਨੇ ਉਹ ਵੀ ਆਵਾਂਗੇ, ਫਾਰਮਾ ਟਰੈਕ 6 ਟਰੈਕਟਰ ਖੜੇ ਨੇ ਬਾਈ ਕੋਲ ਹਾਂ। ਉਹ ਜਿਵੇਂ ਜਿਵੇਂ ਬਾਈ ਚਲੋ ਤਿਆਰ ਹੋਈ ਜਾਂਦੇ ਕੰਮ ਧੰਦੇ ਕਰਕੇ ਉਵੇਂ ਉਵੇਂ ਆਪਾਂ ਐਡ ਪਾਈ ਜਾਂਦੇ ਆ ਠੀਕ ਹੈ। ਤੇ ਰਹਿ ਗਈ ਗੱਲ ਆਪਣੇ ਐਡਰੈਸ ਦੀ, ਪਿੰਡ ਆਪਣਾ ਸੁਖਾਣਾ ਦਾ ਜੀ, ਜ਼ਿਲ੍ਹਾ ਮੋਗਾ, ਭਾਈ ਭਗਤ ਦੇ ਕੋਲੇ ਪਿੰਡ ਮੇਰਾ ਸੁਖਾਣਾ ਦਾ। ਤੇ ਮੋਬਾਈਲ ਨੰਬਰ ਆਪਾਂ ਬੋਲ ਰਹੇ ਹਾਂ, ਜੇ ਕਿਸੇ ਵੀਰ ਨੇ 3 ਟਰੈਕਟਰਾਂ ਦੇ ਵਿੱਚੋਂ ਕਿਸੇ ਨੇ ਫੋਟੋਆਂ ਮੰਗਾਉਣੀਆਂ ਹੋਣ ਤੇ ਨੰਬਰ ਆਪਣਾ 9415781582 ਤੇ ਆਪਣੇ ਨਾਲ ਸੰਪਰਕ ਕਰ ਸਕਦੇ ਆ। ਜੇ ਬਾਈ ਜੀ ਕਈ ਵਾਰੀ ਸੈਲਵਾਨ ਦਾ ਨੰਬਰ ਨਹੀਂ ਲੱਗਦਾ ਤੇ ਵਟਸਐਪ ਕਾਲ ਕਰ ਸਕਦੇ ਆ ਆਪਾਂ ਠੀਕ ਹੈ ਜੀ, 9415781582। ਜੇ ਕਿਸੇ ਨੇ ਸਿੱਧਾ ਟਰੈਕਟਰ ਵੇਚਣਾ ਹੋਵੇ, ਜੇ ਸਿੱਧਾ ਵੇਚਣਾ ਹੋਵੇ ਲੈ ਲਈਦਾ ਬਾਈ, ਕੋਈ ਗੱਲ ਨਹੀਂ, ਠੀਕ ਹੈ, ਕਾਗਜ਼ਾਂ ਦਾ ਸਹੀ ਹੋਵੇ ਲੈ ਲਈਦਾ ਠੀਕ ਹੈ। ਜੇ ਕੋਈ ਇਹਨੇ ਵੀਰ ਨੇ ਕਟਾਉਣਾ ਹੋਵੇ ਕੱਟ ਵੀ ਲਈਦਾ ਠੀਕ ਹੈ। ਹਾਂ, ਜੇ ਕਿਸੇ ਦਾ ਮਾਣ ਹੈ ਵੀ ਆਪਾਂ ਟਰੈਕਟਰ ਦੇਣਾ ਵਿੱਚ ਕੱਟ ਵੀ ਲਈਦਾ ਟਰੈਕਟਰ ਕੋਈ। ਹਾਂ ਠੀਕ ਹੈ ਬਾਈ ਜੀ, ਠੀਕ ਆ ਬਾਈ, ਠੀਕ ਆ ਬਾਈ ਬਾਬੂ। ਚਲੋ ਵੀ ਵੀਡੀਓ ਨੂੰ ਕਰ ਦਿਓ ਲਾਈਕ, ਕਮੈਂਟ, ਸ਼ੇਅਰ, ਚੈਨਲ ਨੂੰ ਕਰ ਲਿਓ ਫੋਲੋ। ਧੰਨਵਾਦ, ਸਤਿ ਸ਼੍ਰੀ ਅਕਾਲ।